Hello friends, welcome to the channel DJ Edutech. In this video, we will discuss about the very interesting topic, that is the unboxing of the Jotech graphic card. बहुत ही कट बजट दे विच बहुत ही बेस्ट ग्राफिक कार्ड अवेलेबल है मार्केट दे विच. मार्केट प्राइस जो Jotech दे ग्राफिक कार्ड है दैट इज नियर अबाउट 3000. Jotech का ग्राफिक कार्ड न्यू जनरेशन ऑलमोस्ट ऑल गेम्स नो सपोर्ट कर लवेगा. अनबॉक्सिंग वाइज बॉक्स के बिल्कुल ऊपर वाली साइड Jotech मेंशन है एंड राइट हैंड साइड पे Nvidia GeForce GT710 उसके ऊपर मॉडल नंबर मेंशन है. ऑन द लेफ्ट हैंड साइड एक्सटेंडेड वारंटी एंड 2GB DDR3 mention है. It means 2GB ਦਾ ਜੇ ਗ੍ਰਾਫਿਕ ਕਾਰਡ ਹੈ ਸਾਈਡ ਤੇ ਲਿਖਿਆ ਪੁਸ਼ ਦਾ ਲਿਮਿਟ ਐਂਡ ਦੂਸਰੀ ਸਾਈਡ ਤੇ ਕੁਝ ਬਾਰਕੋਡ ਵਗੈਰਾ ਐਂਡ ਬਾਕਸ ਦੇ ਅੰਦਰ ਜੋ ਪ੍ਰੈਜ਼ੈਂਟ ਹੈ ਉਸ ਦੀ ਜੋ ਇੰਸਟਾਲੇਸ਼ਨ ਹੈ ਮਲਟੀਲਿੰਗੁਅਲ ਲਿਖੀ ਹੋਈ ਹੈ. ਬਾਕਸ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ ਮੈਂਸ਼ਨ ਹੈ ਲੋਗੋ Jotech ਦਾ. Then ਲਿਖਿਆ GeForce GT710 ਜੋ ਮੇਨ ਹੈ. 3 ਬਾਕਸਿਸ ਆਪਾਂ ਨੂੰ ਦਿਖਦੇ ਪਏ ਨੇ ਜੈਲੋ ਕਲਰ ਨਾਲ ਹਾਈਲਾਈਟ ਕੀਤੇ. ਉਸ ਦੇ ਵਿੱਚ ਫਸਟ ਬਾਕਸ ਹੈ ਦੈਟ ਇਜ਼ ਫਸਟ ਫੀਚਰ ਫਾਸਟ ਮਲਟੀਮੀਡੀਆ, ਸੈਕਿੰਡ ਇਜ਼ ਰੌਕ ਸੋਲਿਡ ਰਿਲਾਇਬਿਲਿਟੀ ਐਂਡ ਥਰਡ ਇਜ਼ ਅਫੋਰਡੇਬਲ ਗੇਮਿੰਗ. ਫਾਸਟ ਮਲਟੀਮੀਡੀਆ ਵਾਈਜ ਜਿੰਨੀਆਂ ਵੀ ਵੀਡੀਓ ਐਡੀਟਿੰਗਸ ਹੈ ਫੋਟੋ ਐਡੀਟਿੰਗਸ ਹੈ ਸਪੋਰਟ ਕਰ ਲਵੇਗਾ. ਲੇਕਿਨ ਰੌਕ ਸੋਲਿਡ ਰਿਲਾਇਬਿਲਿਟੀ, PC ਦੀ ਪੇਸ ਫਾਸਟ ਹੋ ਜਾਂਦੀ ਆ, ਸਾਨੂੰ ਡਰਾਈਵਰਸ ਦੀ ਅਪਡੇਟ ਆਉਣੀ ਸਟਾਰਟ ਹੋ ਜਾਂਦੀ ਆ. ਥਰਡ ਇਜ਼ ਐਫੋਰਡੇਬਲ ਗੇਮਿੰਗ, ਜਿੰਨੀਆਂ ਵੀ ਨਿਊ ਜਨਰੇਸ਼ਨ ਗੇਮਸ ਲਾਈਕ ਟ੍ਰਿਵੀਆ AATC ਗੇਮਸ ਨੂੰ ਸਾਰੀਆਂ ਨੂੰ ਆਲਮੋਸਟ ਇਹ ਗ੍ਰੈਫਿਕ ਕਾਰਡ ਸਪੋਰਟ ਕਰ ਲਵੇਗਾ. ਵੀਡੀਓ ਕੁਆਲਿਟੀ ਕੁਛ ਕੁ ਲੋ ਹੋਊਗੀ ਬਿਕੋਜ਼ ਜੋ ਇਸ ਤੋਂ ਕੋਸਟਲੀ ਗ੍ਰੈਫਿਕ ਕਾਰਡਸ ਹੈ ਉਹਨਾਂ 'ਚ ਵੀਡੀਓ ਕੁਆਲਿਟੀ ਗੁੱਡ ਹੋਵੇਗੀ. ਐਂਡ ਬਿਲਕੁਲ ਡਾਊਨ 'ਤੇ 3 or 4 ਬਾਕਸਿਸ ਸਾਨੂੰ ਦਿਖਦੇ ਨੇ. ਉਹਨਾਂ ਦੇ ਵਿੱਚ ਮੈਂਸ਼ਨ ਹੈ ਫੀਚਰਸ, ਮਿਨੀਮਮ ਸਿਸਟਮ ਰਿਕੁਆਇਰਮੈਂਟਸ, ਸਪੈਸੀਫਿਕੇਸ਼ਨ. ਸਪੈਸੀਫਿਕੇਸ਼ਨ ਵਾਈਜ CPU ਜੋ GeForce GT710 ਕਾ ਹੈ, ਮੈਮਰੀ ਸਾਈਜ਼ ਇਜ਼ ਆਫ 2GB DDR3 ਐਂਡ ਬਿੱਟ ਇਜ਼ 64 ਬਿੱਟ. ਮਿਨੀਮਮ ਸਿਸਟਮ ਰਿਕੁਆਇਰਮੈਂਟ ਵਾਈਜ ਜੋ ਹੈ ਦੈਟ ਇਜ਼ PCI ਐਕਸਪ੍ਰੈਸ, ਪਾਵਰ ਵਾਟ ਇਜ਼ 300 ਵਾਟ ਐਂਡ ਰੈਮ ਇਜ਼ 2GB. ਓਪਰੇਟਿੰਗ ਸਿਸਟਮ ਵਾਈਜ ਸਾਰੀਆਂ ਵਿੰਡੋਜ਼ ਨੂੰ ਇਹ ਗ੍ਰਾਫਿਕ ਕਾਰਡ ਸਪੋਰਟ ਕਰ ਲਵੇਗਾ, ਲਾਈਕ ਵਿੰਡੋ ਵਿਸਟਾ, ਵਿੰਡੋ XP, ਵਿੰਡੋ 10, ਵਿੰਡੋ 8. ਦੈਨ ਕੁਛ ਕੁ ਫੀਚਰਸ ਮੈਂਸ਼ਨ ਹੈ ਗ੍ਰਾਫਿਕ ਕਾਰਡ ਦੇ ਜੋ ਤੁਸੀਂ ਬਿਲਕੁਲ ਲੈਫਟ ਹੈਂਡ ਸਾਈਡ 'ਤੇ ਦੇਖ ਸਕਦੇ ਹੋ. ਫੀਚਰਸ ਵਾਈਜ ਜੋ ਮੈਂਸ਼ਨ ਦਿੱਤਾ ਗਿਆ 3, 4, 5, 6 ਫੀਚਰਸ ਹੈ. ਨਾਓ ਅਨਬੋਕਸਿੰਗ ਕਰਦੇ ਹੈ. ਸਭ ਤੋਂ ਪਹਿਲਾਂ ਸਾਨੂੰ ਡਰਾਈਵਰਸ ਚਾਹੀਏ ਇੰਸਟਾਲ ਕਰਨ ਦੇ ਲਈ. ਸਭ ਤੋਂ ਪਹਿਲਾਂ ਮੈਂਸ਼ਨ ਹੈ ਬਾਕਸ ਦੇ ਅੰਦਰਲੀ ਸਾਈਡ ਪ੍ਰੈਜੈਂਟ ਹੈ ਦੈਟ ਇਜ਼ CD ਜੋ ਤੁਹਾਨੂੰ ਬਲੈਕ ਕਲਰ ਦੀ ਦਿਖਦੀ ਹੈ. ਉਸ ਦੇ ਉੱਪਰ ਮੈਂਸ਼ਨ ਹੈ Jotech ਐਂਡ ਇਸ CD ਦੇ ਅੰਦਰ ਡਰਾਈਵਰਸ ਪ੍ਰੈਜੈਂਟ ਹੈ ਜੋ ਤੁਸੀਂ ਕੰਪਿਊਟਰ ਦੇ ਵਿੱਚ ਇੰਸਟਾਲ ਕਰਨ ਦੇ ਲਈ ਤੁਹਾਨੂੰ ਚਾਹੀਦੇ ਨੇ ਐਂਡ ਉਹ ਸਾਰੇ ਦੇ ਸਾਰੇ ਡਰਾਈਵਰਸ ਇਸ CD ਦੇ ਵਿੱਚ ਪ੍ਰੈਜੈਂਟ ਨੇ. ਉਸ ਤੋਂ ਨੈਕਸਟ ਕਿੱਦਾਂ ਗ੍ਰਾਫਿਕ ਕਾਰਡ ਨੂੰ ਇੰਸਰਟ ਕਰਨਾ, ਉਹਦੀਆਂ ਸਾਰੀਆਂ ਗਾਈਡਲਾਈਨਸ ਕੁਇਕ ਇੰਸਟਾਲੇਸ਼ਨ ਗਾਈਡ ਦੇ ਉੱਪਰ ਮੈਂਸ਼ਨ ਨੇ. ਹਾਊ ਟੂ ਕਨੈਕਟ ਵਿਦ ਦੀ ਮੋਨੀਟਰ, ਹਾਊ ਟੂ ਇੰਸਰਟ ਦਾ ਗ੍ਰੈਫਿਕ ਕਾਰਡ. ਉਸ ਤੋਂ ਨੈਕਸਟ ਆਉਂਦੇ ਨੇ 2 ਮਿਡਲ ਗਾਰਡਸ. ਉਸ ਤੋਂ ਨੈਕਸਟ ਜੋ ਬਿਲਕੁਲ ਡਾਊਨ ਪ੍ਰੈਜੈਂਟ ਸੀ ਦੈਟ ਇਜ਼ ਗ੍ਰਾਫਿਕ ਕਾਰਡ. ਸਭ ਤੋਂ ਪਹਿਲਾਂ ਤੁਸੀਂ ਇਹਦੀ ਪੈਕਿੰਗ ਦੇਖ ਸਕਦੇ ਹੋ. ਗ੍ਰਾਫਿਕ ਕਾਰਡ ਦੀ ਪੈਕਿੰਗ ਉਹਨਾਂ ਨੇ ਕਿੰਨੀ ਗੁੱਡ ਕੀਤੀ ਹੋਈ ਆ. ਇਹ ਵਾਲਾ ਗ੍ਰਾਫਿਕ ਕਾਰਡ GeForce GT710 ਦਾ ਗ੍ਰਾਫਿਕ ਕਾਰਡ ਹੈ ਐਂਡ ਇਹਦੇ ਬਿਲਕੁਲ ਡਾਊਨ 'ਤੇ 3 ਪੋਰਟਸ ਅਵੇਲੇਬਲ ਨੇ ਜੋ ਤੁਸੀਂ ਇਮੇਜ ਦੇ ਵਿੱਚ ਕਲੀਅਰ ਕੱਟ ਪੋਰਟਸ ਦੇਖ ਸਕਦੇ ਹੋ. ਐਂਡ ਇਹ ਵਾਲਾ ਗ੍ਰਾਫਿਕ ਕਾਰਡਸ ਜੋ ਸਾਡੀਆਂ ਬੇਸਿਕ ਨੀਡਸ ਹੈ ਲਾਈਕ ਆਫ ਦੀ ਵੀਡੀਓ ਐਡੀਟਿੰਗ, ਪਲੇਇੰਗ ਦੀ, ਜਦੋਂ ਅਸੀਂ ਵੀਡੀਓ ਐਡੀਟਿੰਗ ਕਰਦੇ ਨੇ ਕਲਰ ਰੀਪ੍ਰੋਡਕਸ਼ਨ ਦੀ, ਸਾਡੀਆਂ ਸਾਰੀਆਂ ਹੀ ਰਿਕੁਆਇਰਮੈਂਟਸ ਨੂੰ ਫੁਲਫਿਲ ਕਰੇਗਾ. ਰੈਜੋਲੂਸ਼ਨ ਵਾਈਜ ਇਹ ਗ੍ਰੈਫਿਕ ਕਾਰਡ ਦੀ 3840x2160 ਦੀ ਰੈਜੋਲੂਸ਼ਨ ਪ੍ਰੈਜੈਂਟ ਹੈ. ਸੋ ਬਹੁਤ ਹੀ ਘੱਟ ਬਜਟ ਦੇ ਵਿੱਚ ਬਹੁਤ ਹੀ ਬੈਸਟ ਗ੍ਰੈਫਿਕ ਕਾਰਡ ਮਾਰਕੀਟ ਦੇ ਵਿੱਚ ਅਵੇਲੇਬਲ ਹੈ. ਇੰਨੇ ਘੱਟ ਬਜਟ ਦੇ ਵਿੱਚ ਬਹੁਤ ਸਾਰੇ ਜੋ ਫੀਚਰਸ ਹੈ ਸਾਨੂੰ ਇਹ ਵਾਲਾ ਗ੍ਰੈਫਿਕ ਕਾਰਡ ਪ੍ਰੋਵਾਈਡ ਕਰਦਾ ਵਾ. ਐਂਡ
ਜਦ ਅਸੀਂ ਗੇਮਿੰਗ ਖੇਡਦੇ ਹਾਂ ਜਾਂ ਨਿਊ ਜਨਰੇਸ਼ਨ ਦੀਆਂ ਗੇਮਸ ਨੇ, ਗੇਮਿੰਗ ਦੇ ਟਾਈਮ ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ, ਕਿਸੇ ਵੀ ਪ੍ਰੋਬਲਮ ਦਾ ਇਹ ਵਾਲਾ ਗ੍ਰਾਫਿਕ ਕਾਰਡ ਮੌਕਾ ਨਹੀਂ ਦਿੰਦਾ। ਸੋ ਜੇ ਵੀ ਕਿਸੇ ਨੇ ਆਪਣੇ ਕੰਪਿਊਟਰ ਦੇ ਵਿੱਚ ਗ੍ਰਾਫਿਕ ਇੰਸਰਟ ਕਰਨਾ ਹੋਵੇ, ਇਹ ਵਾਲਾ ਗ੍ਰਾਫਿਕ ਕਾਰਡ ਬੈਸਟ ਹੈ। ਐਂਡ ਇਨ ਦੀ ਐਂਡ, ਥੈਂਕਸ ਫੋਰ ਵਾਚਿੰਗ ਦਿਸ ਵੀਡੀਓ, ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਟੂ ਦੀ ਮੈਕਸੀਮਮ। ਐਂਡ ਗ੍ਰਾਫਿਕ ਕਾਰਡ ਨੂੰ ਬਾਏ ਕਰਨ ਦੇ ਲਈ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੈਜੈਂਟ ਹੈ। ਥੈਂਕ ਯੂ, ਥੈਂਕਸ।